ਕਹੇ ਹੈਲੋ ਸਾਹਿਬ ਜੀ ਸਲਾਮ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ। ਜਿਵੇਂ ਕਿ ਤੁਹਾਨੂੰ ਪਤਾ ਹੈ ਅੱਜ ਸਾਡਾ ਭਰਾ ਦੀਪਕ ਬਾਈ ਦਾ ਟਰਾਂਸਪੋਰਟਿੰਗ ਦਾ ਕੰਮ ਹੈ। ਅਸੀਂ ਇਹ ਚੱਲੇ ਹਾਂ ਦਿੱਲੀ ਬਾਈਪਾਸ ਕਰਨਾਲ ਬਾਈਪਾਸ ਨੂੰ, ਠੀਕ ਹੈ। ਅੱਜ ਸਾਰੇ ਪੰਜਾਬ ਤੋਂ ਬੱਚੇ ਬੱਚੇ ਇਕੱਠੇ ਕਰਕੇ ਅਸੀਂ ਦਿੱਲੀ ਕਰਨਾਲ ਬਾਈਪਾਸ ਨੂੰ ਚੱਲੇ ਹਾਂ ਅਸੀਂ। ਦੀਪਕ ਬਾਈ ਆਪਣਾ ਕਿਹੜੇ ਕਿਹੜੇ ਰੂਟ 'ਤੇ ਜਾ ਰਹੀ ਹੈ ਗੱਡੀ ਆਪਣੇ ਦੱਸ ਦਿਓ। ਆਪਣਾ ਬਠਿੰਡੇ ਤੋਂ ਬਰਨਾਲਾ, ਸੰਗਰੂਰ, ਧੂਰੀ, ਪਟਿਆਲਾ, ਅੰਬਾਲਾ, ਕਰਨਾਲ, ਪ੍ਰਸ਼ਿਤਰ, ਦਿੱਲੀ ਕਰਨਾਲ ਬਾਈਪਾਸ। ਦੇਖੋ ਜੀ, ਜਿਹਨੇ ਵੀ ਬੱਚਾ ਬੁੱਚਾ ਭੇਜਣਾ ਹੁੰਦਾ ਹੈ, ਬੱਚਾ ਜਾਂ ਕੁੱਤਾ ਵੱਡਾ ਭੇਜਣਾ ਹੁੰਦਾ, ਕੁਛ ਵੀ ਭੇਜਣਾ ਹੁੰਦਾ ਐਕਸ ਵਾਈ ਜ਼ੈਡ, ਤੇ ਦੀਪਕ ਬਾਈ ਨਾਲ ਕੰਟੈਕਟ ਕਰ ਲਿਆ ਕਰੋ। ਦੀਪਕ ਬਾਈ ਨੰਬਰ ਦੱਸਿਆ ਉਹਦਾ ਆਪਣੇ ਵੀਰੇ, ਡੇਲੀ ਬੇਸ 'ਤੇ ਕਾਰ ਚੱਲਿਆ ਕਰੋਗੇ ਬਠਿੰਡਾ ਟੂ ਦਿੱਲੀ ਕਰਨਾਲ ਬਾਈਪਾਸ। ਕੰਟੈਕਟ ਨੰਬਰ ਹੈਗਾ ਵੀਰੇ ਆਪਣਾ 6239526252। ਦੀਪਕ ਕੈਨਲ ਬਠਿੰਡਾ ਪੰਜਾਬ, ਠੀਕ ਹੈ। ਸਿੰਗਲ ਏਕ ਅਡਲਟ ਦਾ 7000 ਰੁਪਏ। ਹੈਲੋ ਗਾਇਸ, ਅਸੀਂ ਰਾਏਕੋਟ ਪਹੁੰਚ ਗਏ ਹਾਂ ਤੇ ਹਰਦੀ ਬਾਈ ਇਹ ਚੈੱਕ ਕਰ ਲਓ, ਛਿੜਜੂ ਜਾਂ ਪੱਪੀ ਹੈ। ਹਾਂ ਹਾਂ ਬਾਈ, ਹੋਲਡ ਰੱਖੀ, ਬਹੁਤ ਸੋਹਣੇ ਪੱਪੀ ਹੈ, ਬਹੁ ਵੀ ਚੱਕ ਲਓ ਜੀ। ਜਿਵੇਂ ਕਿ ਤੁਸੀਂ ਗਾਇਸ ਦੇਖ ਰਹੇ ਹੋ ਕਿ ਸਾਡੀ ਪਹਿਲੀ ਡਿਲੀਵਰੀ, ਅਸੀਂ ਬਾਈ ਆਏ, ਸਾਨੂੰ 3 ਛਿੜਜੂ ਦੇ ਪੱਪੀ ਲੈ ਕੇ ਇਹ ਚੱਲੇ ਦਿੱਲੀ ਮਾਨੀਪਤ। ਛਿੜਜੂ ਦੇ 3 ਪੱਪੀ ਹੈ, ਬਹੁਤ ਸੋਹਣੇ ਬੱਚੇ ਹੈ, ਇਹ ਜਾਣ ਕੇ ਇਹ ਆਪਾਂ ਦੀਪਕ ਬਾਈ ਡਿਲੀਵਰੀ ਕਰਦਾ ਰੋਜ਼ 2 ਦਿਨ ਛੱਡ ਕੇ ਦਿੱਲੀ ਤੱਕ, ਪੰਜਾਬ ਟੂ ਦਿੱਲੀ। ਇਹ ਤੁਸੀਂ ਦੇਖ ਸਕਦੇ ਹੋ ਹੁਣ 2nd ਡਿਲੀਵਰੀ ਆ ਗਈ ਹੈ ਆਪਣੇ ਕੋਲ। ਪਹਿਲਾਂ ਤਾਂ ਆਪਾਂ ਛਿੜਜੂ ਦੇ 3 ਪੱਪੀ ਚੱਕੇ ਆ, ਹੁਣ ਬੀਗਲ ਦੇ ਪੱਪੀ ਨੇ, ਉਹ ਤੁਸੀਂ ਦੇਖ ਸਕਦੇ ਹੋ ਕਿੰਨੇ ਸੋਹਣੇ ਸੋਹਣੇ ਪੱਪੀਸ ਨੇ, ਕਿੰਨੇ ਸੋਹਣੇ ਸੋਹਣੇ ਪੱਪੀਸ ਆ ਬੀਗਲ ਦੇ। ਪਾਓ ਬੀਗਲਸ ਦੇ ਪੱਪੀਸ ਵੀ ਆ ਚੁੱਕੇ ਨੇ ਸਾਡੇ ਕੋਲ। ਤੁਸੀਂ ਦੇਖ ਸਕਦੇ ਹੋ ਬੀਗਲ ਦੇ ਪੱਪੀਸ ਕਿੰਨੇ ਸੋਹਣੇ ਆ, ਇਹ ਵੀ ਆ ਚੁੱਕੇ ਨੇ ਆਪਣੇ ਕੋਲ। ਫਾਈਨਲ ਗਾਇਸ, ਅਸੀਂ ਡਾਬੇ ਆ ਗਏ ਹਾਂ ਅਤੇ ਅਸੀਂ ਦੀਪਕ ਬਰੋ ਇੱਥੇ ਕਿਹੜੇ ਕਿਹੜੇ ਬੱਚੇ ਚੱਕਣੇ ਆਪਾਂ ਇੱਥੇ ਵੀਰੇ? ਇੱਕ ਤਾਂ ਆਪਾਂ ਰਿਟਰੀਵਰ ਦਾ ਲੈਣਾ, 2 ਅਮੈਰੀਕਨ ਬੁੜੀ ਦੇ ਬੱਚੇ ਲੈਣੇ ਆ, ਠੀਕ ਹੈ। ਉਹ ਆਪਾਂ ਛੱਡਣੇ ਕਿੱਥੇ ਆ? ਉਹ ਵੀ ਵੀਰੇ ਦਿੱਲੀ ਕਰਨਾਲ ਬਾਈਪਾਸ ਤੇ ਜਾਣਗੇ, ਠੀਕ ਹੈ ਠੀਕ ਹੈ। ਬਾਕੀ ਮੈਂ ਤੁਸੀਂ ਕੋਈ ਵੀ ਬੱਚਾ ਬੁੱਚਾ ਛੱਡਣਾ ਹੋਵੇ, ਕੁਛ ਵੀ ਛੱਡਣਾ ਹੋਵੇ ਤਾਂ ਦੀਪਕ ਨੂੰ ਤੁਹਾਡਾ ਨੰਬਰ ਪਾ ਰੱਖਿਆ ਮੈਂ, ਅਤੇ ਇਹਨੂੰ ਬਾਈ ਨੂੰ ਕਰ ਲਿਆ ਕਰੋ ਕੰਟੈਕਟ, ਕੁਛ ਵੀ ਭੇਜਣਾ ਕਰਨਾ ਹੋਵੇ। 2 ਦਿਨ ਬਾਅਦ ਗੱਡੀ ਦਿੱਲੀ ਨੂੰ ਜਾਂਦੀ ਆ। ਸੋ ਫਾਈਨਲੀ ਗਾਇਜ਼, ਹਮ ਨਾਭਾ ਪਹੁੰਚ ਗਏ ਹਾਂ, ਬੋਣਾ ਗੇਟ ਹੈ ਜੋ ਯਹਾਂ ਪੇ ਖੜੇ ਹੈ ਹਮ, ਠੀਕ ਹੈ। ਉਹ ਪੱਪੀਜ਼ ਲੈ ਕੇ ਆ ਰਹੇ ਹਾਂ ਵੀ, ਜੋ ਹਮਨੇ ਯਹਾਂ ਸੇ ਰਿਸੀਵ ਕਰਨੇ ਹੈ ਵੀ। ਅਮੈਰੀਕਨ ਬੁਲੀਜ ਕੇ ਪੱਪੀ ਹੈ, ਠੀਕ ਭਰਾ ਸਾਡਾ ਤੁਹਾਨੂੰ ਲੈ ਕੇ ਆਇਆ ਰਿਟਰੀਵਰ ਬੱਚਾ, ਠੀਕ ਹੈ ਕਿ ਨਹੀਂ? ਹਾਂ ਬਾਈ, ਆਪਣੇ 2 ਲੈ ਕੇ ਆਇਆ ਭਾਜੀ, 2 ਲੈ ਕੇ ਆਇਆ ਵੀ। ਹਾਂਜੀ ਹਾਂਜੀ, 2 ਬੱਚੇ ਲਵਾਉਣੇ ਨੇ ਜੀ, 2 ਬੱਚੇ ਲਵਾਉਣੇ ਆ ਦਿੱਲੀ ਨੂੰ, ਠੀਕ ਹੈ ਬਾਈ। ਸੋਨੂੰ ਭਾਜੀ ਹੈ ਆਪਣੇ ਨਾਭੇ ਤੋਂ। ਸੋ ਫਾਈਨਲੀ ਗਾਇਜ਼, ਹਮ ਅੰਬਾਲੇ ਪਹੁੰਚ ਗਏ ਆ, ਯਹਾਂ ਸੇ ਹਮਨੇ ਇੱਕ ਦੋ ਪੱਪੀ ਉਠਾਨੇ ਵੀ ਹੈ ਡਿਲੀਵਰੀ ਕੇ ਲੀ, ਔਰ ਬੀਗਲ ਕੇ ਜੋ ਹਮਨੇ ਪੱਪੀ ਆਪਕੋ ਦਿਖਾਏ ਥੇ ਵੋ ਦੇਨੇ ਵੀ ਹੈ। ਚਲੋ ਮਿਲਤੇ ਹੈਂ, ਮੈਂ ਅੰਬਾਲੇ ਕਾ ਗੇਟ ਦਿਖਾਤਾ ਹੂੰ, ਕਿਤਨਾ ਬੜਾ ਗੇਟ ਹੈ, ਦੇਖੋ ਤ੍ਰਿਸ਼ੂਲ ਜੈਸਾ ਗੇਟ ਹੈ। ਕਿਆ ਬਾਤ ਕਰਤਾ ਹੈ ਯਾਰ, ਕਿਆ ਇਹ ਧਨੁਸ਼ ਇੰਦਰ ਧਨੁਸ਼ ਲੈ ਕੇ ਜਾਣਾ, ਸਿਰਫ ਬਾਸਕਟ ਨਹੀਂ ਲੈ ਕੇ ਜਾਣੀ, ਬਾਸ ਤਰੀਕਾ ਹੈ ਭੀਖ ਮੰਗਨੇ ਕਾ, ਤਾਂ ਯਹੀ 500 ਰੁਪਏ ਕੀ ਹੈ ਹਾਰਦਿਕ। ਹਾਂ ਹਾਂ ਹਾਂ, ਇੱਕ ਦਿਨ ਛੋੜ ਕੇ ਦੇਖੋ ਛਿੜਜੂ ਕਾ ਪੱਪੀ ਦੇ ਕੇ ਗਿਆ ਭਾਈ ਆਪਣੇ ਕੋ, ਬਹੁਤ ਅੱਛਾ ਕੁਆਲਿਟੀ ਮੇ ਜੇ ਵੀ ਅਗਲੇ ਕੋ ਪੱਪੀ ਹਮਨੇ ਪਕੜਾ ਦੀਏ ਅੰਬਾਲਾ ਅੰਬਾਲਾ ਮੇ। ਅੰਕਲ ਜੀ ਆਏ ਲੈਨੇ ਬੀਗਲ ਕੇ ਪੱਪੀ ਲੈਨੇ, 6 ਪੱਪਾ ਪਾਨੀਪਤ ਪਹੁੰਚ ਗਏ, ਦੇਖੋ ਹਾਈਵੇ ਪੇ ਕਿਤਨਾ
ਇਹ ਸ਼ਿਟ ਜੋ ਮੇਲ ਦੇਣ ਵਾਲੇ ਆਪਣ ਭਾਈ ਆਏ ਆ ਪਾਣੀ ਪੱਤ ਕੇ ਆਪਣੇ देख सकते हैं कितना रश हो, कितने गाड़ियां निकल रही हैं यहाँ पे पानीपत हाईवे पे। चुप कर बे कुत्ते। तो फाइनली गाइस हम पानीपत क्रॉस कर रहे हैं। आप देख सकते हैं पानीपत और इतना ट्रैफिक है यहाँ पे भाई, दिल्ली को जाने के लिए पूछो ही मत। मेरी बात सुनो। सो गाइस आप देख सकते हैं अभी हम चाय पीने के लिए रुके हैं, केसर ढाबा, बहुत अच्छा ढाबा है। मगर चाय चू पीने बहुत थक तो गए हम। बहुत बढ़िया सेटअप किया हुआ है केसर ढाबे पे। उधर देखिए ढोल वाला बैठा है और इधर गाने गुने पूरे चल रहे हैं, माहौल पूरा अच्छा है। आप देख सकते हो माहौल पूरा उस समय यहाँ पे। भाई अपने धुन में चल रहे हैं पूरे, बहुत अच्छा गाते हैं भाई। तो गाइस आप देख सकते हैं हमारी चाय आ चुकी है और देखिए नाच गाना पूरा चल रहा है आगे। चाय भी बहुत अच्छी है। ठंडा से इस साइड पंजाब से दिल्ली आ रहे हो तो केसर ढाबा ये जरूर आप यहाँ पे रुकना, बहुत अच्छी है इनकी सर्विस। मेन तो सर्विस ही होता है। चाय का गिलास भी आप देख सकते हैं कितना अच्छा है, चाय पे हाथ भी नहीं गर्म हो गए, चाय ऐसे पकड़ो दो उंगलियों से और चाय अंदर से पूरी गर्म गर्मा गर्म। अरे मौसम तो यहाँ पे पूरा औसम हुआ पड़ा यार, है ना दीपू भाई? बहुत ज़्यादा खूबसूरत हुआ पड़ा है भाई। हरियाणा पंजाब में ऐसा कभी कभी देखने को मिलता है, अक्सर यहाँ पे 48, 50, 49, 41 यहाँ टेम्परेचर रहता है गर्मी का। मतलब ये मौसम देख के इतना मजा आ रहा है कि पूछो मत, बस लगता है मुझे भाई दिल्ली एंटर करते हुए तो इतना ट्रैफिक है, इतना ट्रैफिक है भाई बन के, जो बंदा आ रहा है ना दिल्ली को पंजाब से थोड़ा संभल के आना, इतना ज़्यादा ट्रैफिक है। 10 किलोमीटर हमें 2 घंटे लग गए, 10 किलोमीटर के 2 घंटे लग रहे हैं हमें ट्रैफिक पार करने में, इतना ट्रैफिक है यहाँ पे। सो गाइस असी फाइनली दिल्ली पहुँच गए हैं ते लास्ट दे जो पपी सी शेड्यूल दे दे अमेरिकन मूवी दे दो आपां दिखाए सी तुहानू, ओहो आपां दिल्ली अभिषेक ब्रो नूं दे चुके हैं। देखो गाइस अभिषेक भरा अपना आया है लैण वास्ते बच्चे। ਹੁਣ ਤਾਂ ਅਸੀਂ ਹੁਣ ਇੱਧਰੋਂ ਤੁਰਾਂਗੇ ਬਠਿੰਡੇ ਨੂੰ ਅਤੇ ਰਾਤ ਦੇ ਮੰਨ ਕੇ ਚਲੋ 9 ਵੱਜ ਚੁੱਕੇ ਨੇ, ਹੁਣ ਦੇਖਦੇ ਕਿੰਨੇ ਵਜੇ ਤੱਕ ਅਸੀਂ ਬਠਿੰਡੇ ਪਹੁੰਚਦੇ ਹਾਂ। ਆਪ ਦੇਖ ਸਕਦੇ ਹੋ ਜੈਸੇ ਕਿ ਆਪਕੋ ਪਤਾ ਹੀ ਆ ਸਾਵਣ ਕਾ ਮਹੀਨਾ ਚੱਲ ਰਿਹਾ ਹੈ ਨਾ, ਸਭੀ ਜਾ ਰਹੇ ਹੈਂ ਮਹਾਂਕਾਲ ਕੀ ਦੇਖਿਓ ਕਿਤਨੀ ਬੜੀ ਮੂਰਤੀ ਹੈ। सो गाइज मैं तो ये सोच रहा था कि जाते वक्त हमें ट्रैफिक नहीं मिलेगा, पर देखिए देखिए कितना सारा ट्रैफिक मिल रहा है। क्या कहना चाहोगे दीपक भाई इस बारे में आप? मैं भी यही कहना चाहता था कि अपने को जितना टाइम आने में लगा है उतना टाइम जाने में नहीं लगेगा एक्चुअली, पर बट प्रॉब्लम अब तो उससे भी ज़्यादा बड़ी हुई पड़ी है कि जितना जाने में टाइम लगा उससे ज़्यादा अब आने में टाइम लग रहा है। अरे यार यहाँ पे तो अब दिल्ली में आके तो बंदा फंस ही जाता है, अगर एक लाइन में आपकी गाड़ी घुस गई तो उसी लाइन से निकाल सकते हो। ये देखो ये गाड़ियों पे गाड़ी जो ऊपर चढ़ती रहती है यहाँ पे तो क्यों क्या हुई, समझ रहे हो, समझ रहे हो आप, समझ रहे हो? फाइनली गाइस 4 बज चुके हैं, सवेरे 4:30 हो गए हैं, मैं हूँ घर पहुँच चुके हैं। देखो 4:20 हो गए हैं, बहुत ही लंबा सफ़र सीगा, पूछो ना बुरे हाल हो गए, सवेर से निकले हैं सवेर हो गई। चलो मिलते हैं गाइस, ओके बाय सारे भरावानू, जय हिंद दोस्तों।